ਸਵਾਗਤ ਕਰਦਾ ਹਾਂ ਵੀਰ ਅਤੇ ਪੈਣਾ ਦਾ ਤੁਹਾਡੇ ਆਪ ਦੇ YouTube ਚੈਨਲ ਦੇ ਉੱਤੇ ਤੇ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਹਾਂ ਜਿਸ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਨਿਕਲੇ ਨਵੀਆਂ ਭਰਤੀਆਂ ਦੇ ਬਾਰੇ ਵਿੱਚ ਜਿਹਦੇ ਵਿੱਚ ਪੰਜਾਬ ਦੇ ਸਾਰੇ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਜਿਹੜੇ ਵੀ ਵੀਰ ਅਤੇ ਭਰਾਵਾਂ ਨੇ 8ਵੀਂ 10ਵੀਂ 12ਵੀਂ ਜਾਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਜਿਹੜਾ ਨਿਕਲ ਕੇ ਆ ਚੁੱਕਿਆ ਹੈ ਜੀ 16000 ਤੋਂ ਲੈ ਕੇ 25000 ਤੱਕ ਤੁਸੀਂ ਇਹਨਾਂ ਲਈ ਪੋਸਟ ਲਈ ਅਪਲਾਈ ਕਰ ਸਕਦੇ ਹੋ ਤੁਹਾਡੇ ਬਹੁਤ ਹੀ ਵਧੀਆ ਸੈਲਰੀ ਤੁਹਾਨੂੰ ਦਿੱਤੀ ਜਾ ਰਹੀ ਹੈ ਜੀ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਤਾਂ ਕਿ ਹਰ ਇੱਕ ਡਿਟੇਲ ਤੁਹਾਨੂੰ ਜਿਹੜੀ ਹੈ ਪਤਾ ਲੱਗ ਸਕੇ ਮੈਂ ਇਸ ਵੀਡੀਓ 'ਚ ਤੁਹਾਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੱਸਾਂਗਾ ਕਿੱਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਿਲਿਟੀ ਕੀ ਰਹੂਗੀ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਣਾ ਜੀ ਨਾਲ ਨਾਲ ਬੈਲ ਆਈਕਨ ਵੀ ਦਬਾਦਣਾ ਮੈਂ ਤੁਹਾਡੇ ਲਈ ਹਰ ਤਰ੍ਹਾਂ ਦੇ ਨਵੇਂ-ਨਵੇਂ ਭਰਤੀਆਂ ਦੇ ਅਪਡੇਟ ਲੈ ਕੇ ਆਉਂਦਾ ਹੀ ਰਹਿਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜੀ ਇਹ ਰਿਕਰੂਟਮੈਂਟ ਦੇ ਫਾਰਮ ਦੇ ਉੱਪਰ ਫਾਰਮ ਭਰ ਕੇ ਤੁਹਾਨੂੰ ਜਿਹੜਾ ਸਬਮਿਟ ਕਰ ਤਾਂ ਦੱਸ ਦਿੰਨਾ ਜੀ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਇੱਥੇ ਤੁਸੀਂ ਪਾਸਪੋਰਟ ਸਾਈਜ਼ ਫੋਟੋਗ੍ਰਾਫ ਜਿਹੜੀ ਉਹ ਲਗਾ ਦੇਣੀ ਹੈ ਜੀ ਉਸ ਤੋਂ ਬਾਅਦ ਇੱਥੇ ਜਿਹੜਾ ਤੁਸੀਂ ਐਪਲੀਕੇਸ਼ਨ ਫੀ ਭਰੋਗੇ ਉਹਦਾ ਡੀਡੀ ਨੰਬਰ ਡੇਟ ਅਮਾਉਂਟ ਤੇ ਨੇਮ ਆਫ ਬੈਂਕ ਜਿਹੜਾ ਹੈ ਉਹ ਤੁਸੀਂ ਭਰ ਦੇਣਾ ਹੈ ਜੀ ਉਸ ਤੋਂ ਬਾਅਦ ਤੁਸੀਂ ਜਿਸ ਪੋਸਟ ਲਈ ਅਪਲਾਈ ਕਰੋਗੇ ਐਡਵਰਟਾਈਜ਼ਮੈਂਟ ਨੰਬਰ ਸੀਰੀਅਲ ਨੰਬਰ ਤੇ ਪੋਸਟ ਨੰਬਰ ਜਿਹੜਾ ਹੈ ਤੁਹਾਡਾ ਪੋਸਟ ਨੇਮ ਹੈ ਉਹ ਤੁਸੀਂ ਇੱਥੇ ਲਿਖ ਦੇਣਾ ਹੈ ਜੀ ਨੈਕਸਟ ਹੈ ਕੈਂਡੀਡੇਟ ਦਾ ਨੇਮ ਠੀਕ ਹੈ ਜੀ ਉਸ ਤੋਂ ਬਾਅਦ ਫਾਦਰ ਨੇਮ ਔਰ ਉਸ ਤੋਂ ਬਾਅਦ ਨੈਕਸਟ ਹੈ ਡੇਟ ਆਫ ਬਰਥ ਤੁਸੀਂ ਆਪਣੀ ਭਰਨੀ ਜੋ ਤੁਹਾਡੇ ਜਿਹੜੇ ਹੈ ਸਰਟੀਫਿਕੇਟ ਤੇ ਹੈਗੀ ਹੈ ਜੀ ਨੈਕਸਟ ਅਸੀਂ ਗੱਲ ਕਰਦੇ ਕੋਰਸਪੋਂਡੈਂਸ ਐਡਰੈਸ ਤੁਹਾਡਾ ਕੀ ਹੈ ਉਹ ਲਿਖਣਾ ਹੈ ਜੀ ਉਸ ਤੋਂ ਬਾਅਦ ਐਜੂਕੇਸ਼ਨ ਕੁਆਲਿਫਿਕੇਸ਼ਨ ਤੁਸੀਂ ਉਹ ਲਿਖਣੀ ਹੈ ਜੀ ਉਸ ਤੋਂ ਬਾਅਦ ਤੁਹਾਡੇ ਸ਼ਾਰਟਹੈਂਡ ਸਪੀਡ ਕਿੰਨੀ ਹੈ ਟਾਈਪਿੰਗ ਦੇ ਵਿੱਚ ਉਹ ਲਿਖ ਦੇਣੀ ਹੈ ਜਿਹੜੀ ਕਿ ਕੁਝ ਸਪੈਸੀਫਿਕ ਪੋਸਟਾਂ ਦੇ ਲਈ ਜ਼ਰੂਰੀ ਹੈ ਜੀ ਐਕਸਪੀਰੀਅੰਸ ਜਿਹੜਾ ਹੈ ਉਹ ਲਿਖਣਾ ਹੈ ਜੀ ਤੁਸੀਂ ਐਸਸੀ ਬੀਸੀ ਕੈਟਾਗਰੀ ਤੋਂ ਬਿਲੋਂਗ ਕਰਦੇ ਹੋ ਉਹ ਮੈਂਸ਼ਨ ਕਰ ਦੇਣਾ ਜੀ ਕਿਸੇ ਹੋਰ ਕੈਂਡੀਡੇਟ ਦੀ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੁੰਦੇ ਹੋ ਜਿਹੜੀ ਕਿ ਤੁਹਾਡੇ ਰੈਲੇਵੈਂਟ ਹੋਵੇ ਉਹ ਵੀ ਮੈਂਸ਼ਨ ਕਰ ਸਕਦੇ ਸੈਂਡ ਕਰ ਦੇਣਾ ਉਸ ਨਾਲ ਤੁਹਾਡੀ ਕੀ ਐਪਲੀਕੇਸ਼ਨ ਸਬਮਿਟ ਹੋ ਜਾਏਗੀ ਹੁਣ ਮੈਂ ਤੁਹਾਨੂੰ ਲੈ ਚੱਲਦਾ ਐਪਲੀਕੇਸ਼ਨ ਫਾਰਮ ਤੇ ਤੇ ਦੱਸਦਾ ਹਾਂ ਇਸ ਵਿੱਚ ਕੀ ਭਰਤੀ ਕਿਹੜੀ ਕਿਹੜੀ ਪੋਸਟ ਆਊਟ ਹੋਈਆਂ ਨੇ ਕਿੰਨੀ ਏਜ ਮੰਗੀ ਗਈ ਹੈ ਕੀ ਕੀ ਐਕਸਪੀਰੀਅੰਸ ਤੇ ਕੀ ਕੀ ਇਹਦੇ ਵਿੱਚ ਕੁਆਲਿਫਿਕੇਸ਼ਨ ਮੰਗੀ ਗਈ ਹੈ ਚਲੋ ਲੈ ਚੱਲਦਾ ਜੀ ਐਪਲੀਕੇਸ਼ਨ ਫਾਰਮ ਦੇ ਉੱਪਰ ਇਹ ਤੁਸੀਂ ਦੇਖ ਪਾ ਰਹੇ ਹੋ ਨੋਟੀਫਿਕੇਸ਼ਨ ਫਾਰਮ ਜਿਹੜਾ ਹੈ ਜੀ ਇਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪੋਸਟ ਆਊਟ ਹੋਈ ਹੈ ਜੀ ਰਿਪੋਰਟਰ ਇੰਗਲਿਸ਼ ਦੇ ਵਿੱਚ ਪੇ ਮੈਟ੍ਰਿਕਸ ਤੁਹਾਡਾ ਜਿਹੜਾ ਰਹੇਗਾ 44090 ਜਿਹੜਾ 900 ਤੁਹਾਡੀ ਜਿਹੜੀ ਆ ਉਹ ਰਹੇਗੀ ਇਸ ਸੈਲਰੀ ਰਹੇਗੀ ਜ ਦੋ ਪੋਸਟ ਆਊਟ ਹੋਈਆਂ ਨੇ ਜਿਨ੍ਹਾਂ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੋਈ ਹੈ 160 ਵਰਡ ਪਰ ਮਿੰਟ ਜਿਹੜੀ ਹੈ ਇੰਗਲਿਸ਼ ਵਿੱਚ ਸ਼ਾਰਟ ਹੈਂਡ ਸਪੀਡ ਹੈ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਦੇ ਵਿੱਚ ਜਿਹੜੀ ট্রান্সਕ੍ਰਿਪਸ਼ਨ ਦੇ ਵਿੱਚ ਸਪੀਡ ਮੰਗੇਗੀ 40 ਵਰਡ ਪਰ ਮਿੰਟ ਇਸ ਦੇ ਵਿੱਚ ਤੁਹਾਡੀ ਹਿੰਦੀ ਸੰਸਕ੍ਰਿਤ ਜਿਹੜੀ ਹੈ ਨੌਲੇਜ ਹੈਗੀ ਹੈ ਮੈਟ੍ਰਿਕ ਵਿੱਚ ਜਾਂ ਹਾਇਰ ਐਜੂਕੇਸ਼ਨ ਦੇ ਵਿੱਚ ਤਾਂ ਤੁਸੀਂ ਇਸ ਦੇ ਲਈ एलिਜੀਬਲ ਹੋ ਇਸ ਦੇ ਵਿੱਚ ਤੁਹਾਨੂੰ ਕੰਪਿਊਟਰ ਦੀ ਨੌਲੇਜ ਹੋਣੀ ਜ਼ਰੂਰੀ ਹੈ ਜੀ ਰਿਪੋਰਟਰ ਹਿੰਦੀ ਦੀ ਜਿਹੜੀ ਹੈ ਇਸ ਦੇ ਵਿੱਚ ਸੇਮ ਸੈਲਰੀ ਮੰਗੀ ਗਈ ਹੈ 44900 ਤੁਹਾਨੂੰ ਸੈਲਰੀ ਜਿਹੜੀ ਮਿਲੇਗੀ ਇੱਕ ਪੋਸਟ ਜਿਹੜੀ ਆ ਮੰਗੀ ਗਈ ਹੈ ਜੀ ਗ੍ਰੈਜੂਏਸ਼ਨ ਤੁਸੀਂ ਹਿੰਦੀ ਦੇ ਨਾਲ ਕੀਤੀ ਹੋਈ ਹੈ ਠੀਕ ਹੈ ਜੀ ਓਨਸ ਤੁਸੀਂ ਹਿੰਦੀ ਸਬਜੈਕਟ ਨਾਲ ਕੀਤਾ ਹੋਇਆ ਹੈ ਤਾਂ ਤੁਸੀਂ ਜਿਹੜਾ ਲਈ एलिजिਬਲ ਹੋ ਇਸ ਦੇ ਵਿੱਚ ਤੁਹਾਡੀ ਵਰਡ ਜਿਹੜੀ ਟਾਈਪਿੰਗ ਸਪੀਡ ਜਿਹੜੀ 140 ਵਰਡ ਪਰ ਮਿਨਟ ਹੋਣੀ ਚਾਹੀਦੀ ਹੈ ਸ਼ਾਰਟਹੈਂਡ অর 40 ਵਰਡਸ ਜਿਹੜੀ ਇਹ ਟ੍ਰਾਂਸਕ੍ਰਿਪਸ਼ਨ ਦੇ ਵਿੱਚ ਹੋਣੀ ਚਾਹੀਦੀ ਹੈ ਨੌਲੇਜ ਤੁਹਾਨੂੰ ਹਿੰਦੀ ਐ ਸਸਕਰੀਬ ਦੀ ਹੋਣੀ ਚਾਹੀਦੀ ਹੈ میٹرਿਕ ਲੈਵਲ ਤੱਕ অর ਹਾਇਰ এডਿਕੇਸ਼ਨ ਤੱਕ ਕੰਪਿਊਟਰ ਦੀ ਨੌਲੇਜ ਹੋਣੀ ਇੱਚ ਜ਼ਰੂਰੀ ਹੈ ਜੀ ਉਸ ਤੋਂ ਬਿਜ ਕੁਝ ਐਕਸਪੀਰੀਅੰਸ ਜਿਹੜਾ ਨਹੀਂ ਮੰਗਿਆ ਗਿਆ ਜੂਨੀਅਰ ਇੰਜੀਨੀਅਰ ਦੀ ਜਿਹੜੀ ਪੋਸਟ ਹੈ ਉਹ ਇਹਦੇ ਵਿੱਚ ਜਿਹੜੀ ਇੱਕ ਪੋਸਟ ਆਊਟ ਹੋਈ ਹੈ ਜੀ ਜਿਹੜੀ ਕਿ ਇਲੈਕਟ ਜਿਹੜੀ ਇਹਦੇ ਵਿੱਚ ਮੰਗੀ ਗਈ ਹੈ ਜੀ ਟੋਟਲੀ ਔਰ ਤੁਹਾਡੀ ਸਪੀਡ ਜਿਹੜੀ 100 ਵਰਡ ਪਰ ਮਿਨਟ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਸ਼ਾਰਟ ਹੈਂਡ 30 ਵਰਡ ਪਰ ਮਿਨਟ ਇੰਗਲਿਸ਼ ਦੇ ਵਿੱਚ ਹੋਣੀ ਚਾਹੀਦੀ ਹੈ ਔਰ ਇਸ ਤੋਂ ਬਾਅਦ ਜਿਹੜੀ ਪ੍ਰੀਫਰੈਂਸ ਦਿੱਤੀ ਜਾਏਗੀ ਜਿਨ੍ਹਾਂ ਨੂੰ ਬੋਥ ਇੰਗਲਿਸ਼ ਤੇ ਹਿੰਦੀ ਦੀ ਸ਼ਾਰਟ ਹੈਂਡ ਟਾਈਪਿੰਗ ਦੀ ਨੌਲੇਜ ਹੈਗੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਿੰਦੀ ਸੰਸਕ੍ਰਿਤ ਮੈਟ੍ਰਿਕਸ ਦੇ ਵਿੱਚ ਤੁਹਾਨੂੰ ਨੌਲੇਜ ਹੈ ਤਾਂ ਤੁਸੀਂ ਇਹਦੇ ਲਈ ਐਲੀਜੀਬਲ ਹੋ ਔਰ ਇਸ ਦੇ ਵਿੱਚ ਕੰਪਿਊਟਰ ਦੀ ਵਰਕਿੰਗ ਨੌਲੇਜ ਚੱਲੇਗੀ ਮੇਰਾ ਤਾਂ ਥੋੜੀ-ਬਹੁਤ ਨੌਲੇਜ ਹੈ ਤਾਂ ਵੀ ਤੁਹਾਡਾ ਚੱਲੇਗਾ ਜੀ ਨੈਕਸਟ ਹੈ ਕਿ ਇਹ ਜੀ ਰਿਕਾਰਡ ਰੀਸਟੋਰਰ ਦੀ ਇੱਕ ਪੋਸਟ ਹੈ ਜਿਸ ਦੇ ਵਿੱਚ ਤੁਹਾਡੀ ਸੈਲੀ 19900 ਰਹੇਗੀ ਮੈਟ੍ਰਿਕ ਵਾਲੇ ਮਤਲਬ 10ਵੀਂ ਪਾਸ ਕੈਂਡੀਡੇਟ ਜਿਹੜੇ ਨੇ ਇਹਦੇ ਲਈ ਐਲੀਜੀਬਲ ਨੇ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੂੰ ਨੌਲੇਜ ਹੈਗੀ ਹਿੰਦੀ ਸੰਸਕ੍ਰਿਤ ਦੀ ਮੈਟ੍ਰਿਕਸ ਤੱਕ ਦੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਉਸ ਤੋਂ ਬਾਅਦ ਹੈਗੀ ਹੈ ਜੀ ਇਹਦੇ ਵਿੱਚ ਚੌਕੀਦਾਰ ਦੀ ਚਾਰ ਪੋਸਟ ਆਊਟ ਹੋਈਆਂ ਨੇ 8ਵੀਂ ਜਿਹੜੇ ਪਾਸ ਨੇ ਕੈਂਡੀਡੇਟ ਮੇਰੇ ਵੀ ਉਹਦੇ ਲਈ एलिਜੀਬਲ ਨੇ ਨੌਲੇਜ ਹਿੰਦੀ ਦੇ ਵਿੱਚ ਹੋਣੀ ਜ਼ਰੂਰੀ ਹੈ ਜੀ ਉਸ ਤੋਂ ਬਾਅਦ ਨੈਕਸਟ ਅਸੀਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੀਆਂ ਨੇ ਫਰਸ਼ ਫਰਾਸ਼ ਦੀਆਂ ਜਿਹੜੀਆਂ ਨੇ ਇੱਕ ਪੋਸਟ ਹੈ ਉਸ ਦੇ ਵਿੱਚ 16900 ਜਿਹੜੀ ਤੁਹਾਡੀ ਉਹ ਰਹੇਗੀ ਸੈਲਰੀ ਰਹੇਗੀ ਮੀਡਲ ਮਤਲਬ 8ਵੀਂ ਪਾਸ ਜਿਹੜੇ ਨੇ ਅਪਲਾਈ ਕਰ ਸਕਦੇ ਨੇ ਹਿੰਦੀ ਤੇ ਇੰਗਲਿਸ਼ ਦੀ ਨੌਲੇਜ ਥੋੜੀ-ਬਹੁਤ ਹੋਣੀ ਤੁਹਾਨੂੰ ਜ਼ਰੂਰੀ ਹੈ ਜਿਹੜੇ ਵੀ एलिਜੀਬਲ ਕੈਂਡੀਡੇਟ ਹੈ ਸਿਰਫ ਉਹ ਇੱਕ ਵਾਰੀ ਪੜ੍ਹ ਕੇ ਹੀ ਅਪਲਾਈ ਕਰਨ ਤੇ ਇਹਦੇ ਵਿੱਚ ਜਿਹੜੇ ਆ ਆਈਨੈਦਰ ਉਹ ਵੀ ਕਰਨਾ ਚਾਹੁੰਦੇ ਨੇ ਅਪਲਾਈ ਕਰ ਰਹੇ ਨੇ ਲੇਕਿਨ ਉਹਨਾਂ ਲਈ ਜਿਹੜਾ ਹੈ ਪ੍ਰੋਪਰ ਚੈਨਲ ਦੇ ਥਰੂ ਹੀ ਅਪਲਾਈ ਕਰਨਾ ਹੋਏਗਾ ਜੀ ਐਪਲੀਕੇਸ਼ਨ ਜਿਹੜੀਆਂ ਨੇ ਤੁਸੀਂ ਸੈਲ ਟੈਸਟਡ ਕਾਪੀ ਸਰਟੀਫਿਕੇਟ ਦੇ ਨਾਲ ਲਗਾ ਕੇ ਭੇਜਣੀਆਂ ਨੇ ਦਿੱਤੇ ਗਏ ਐਡਰੈਸ ਦੇ ਉੱਪਰ ਔਰ ਇਸ ਦੇ ਵਿੱਚ ਇਹ ਜਿਹੜੀਆਂ ਪੋਸਟਾਂ ਆਊਟ ਹੋਈਆਂ ਨੇ ਜੀ ਇਹ ਹੋਈਆਂ ਨੇ ਹਰਿਆਣਾ ਵਿਧਾਨ ਸਭਾ ਸੈਕਟਰੀਏਟ ਦੇ ਵਿੱਚ ਜੋ ਕਿ ਪਚਨ ਡਿਗਰ ਦੇ ਵਿੱਚ ਹੈ ਸੋ ਉਹਦੇ ਵਿੱਚ ਤੁਸੀਂ ਸਾਰੀਆਂ ਸਾਰੀਆਂ ਜਣੀਆਂ ਨੇ ਉਹ ਤੁਸੀਂ ਪੋਸਟ ਦੇ ਥਰੂ ਜਿਹੜੀਆਂ ਸੈਂਡ ਕਰਨੀਆਂ ਨੇ ਇਹਦੇ ਵਿੱਚ ਤੇਰੀ ਡਿਟੇਲ ਦਿੱਤੀ ਕਿ ਐਪਲੀਕੇਸ਼ਨ ਫੀ ਦੀ ਉਹ ਹੈਗੀ ਹੈ ਜੀ ਇਕ ਤੋਂ ਲੈ ਕੇ 4 ਡੀਲੀਆ ਪੋਸਟਾਂ ਨੇ ਉਹਨਾਂ ਲਈ ਜਨਰਲ ਮੇਲ ਤੇ ਫੀਮੇਲ ਦੇ ਲਈ 500 ਫੀਮੇਲ ਹਰਿਆਣਾ ਰੈਜ਼ੀਡੈਂਟ ਲਈ 250 ਤੇ SCBCWS ਤੇ X ਸਰਵਿਸਮੈਨ ਕੈਂਡੀਡੇਟ ਹਰਿਆਣਾ ਸਟੇਟ ਦੇ ਲਈ 250 ਆ ਪਰਸਨ ਵਿਦ ਡਿਸੇਬਿਲਟੀ ਲਈ ਕੋਈ ਚਾਰਜ ਨਹੀਂ ਹੋਏਗਾ ਜੀ ਜਿਹੜੇ ਵੀ ਅਦਰ ਜਿਹੜੇ ਸਟੇਟ ਦੇ ਹੋਣਗੇ ਉਹਨਾਂ ਲਈ ਜਿਹੜੇ ਜਨਰਲ ਹੀ 카ਉਂਟ ਕੀਤਾ ਜਾਏਗਾ 5 ਤੋਂ ਲੈ ਕੇ 7 ਤੱਕ ਦੇ ਲਈ 250 ਠੀਕ ਹੈ ਜੀ ਫੀਮੇਲ ਹਰਿਆਣਾ ਰੈਜ਼ੀਡੈਂਟ ਲਈ 101 25 اور एससी बीसी ईडब्ल्यूएस एग्जामिनेशन कैंडिडेट हरियाणा ਦੇ 125 اور ਕੋਈ ਵੀ ਚਾਰਜ ਜਿਹੜੇ ਨੇ ਪਾਸਟਲ ਡੀਬਿਲਟੀ ਨਹੀਂ ਲੈਤੇ ਜਾਣਗੇ ਨੈਕਸਟ ਅਸੀਂ ਗੱਲ ਕਰਦੇ ਜਿਸ ਦੇ ਵਿੱਚ ਜਿਹੜੀ ਫੀ ਹੈ ਉਹ ਤੁਸੀਂ ਡीडी ਰਾਹੀਂ ਪੇ ਕਰਨੀ ਹੈ ਜੋ ਕਿ ਇਨਾਂ ਦੇ ਫੇਵਰ ਸੈਕਟਰੀਟ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਦੇ ਫੇਵਰ ਕਰੋਗੇ ਔਰ ਇੱਕ ਵਾਰੀ ਫੀ ਜਿਹੜੀ ਡਿਪੋਜ਼ਿਟ ਹੋ ਜਾਏਗੀ ਉਹ ਜਿਹੜੀ ਕਿਸੇ ਵੀ ਤਰ੍ਹਾਂ ਜਿਹੜਾ ਨੌਨ ਡਿਫੈਂਡੇਬਲ ਰਹੇਗੀ ਔਰ ਨੌਨ ਟ੍ਰਾਂਸਫਰੇਬਲ ਰਹੇਗੀ ਜੀ ਔਰ ਤੁਸੀਂ ਐਜਡੀਆ ਭਰਤੀਆਂ ਦਾ ਫਾਰਮ ਹੈ ਇਹਨਾਂ ਦੀ ਦਿੱਤੀ ਗਈ ਵੈਬਸਾਈਟ ਦੇ ਉੱਪਰ ਡਾਊਨਲੋਡ ਕਰ ਸਕਦੇ ਹੋ ਲਿੰਕ ਤੁਹਾਨੂੰ ਦਿੱਤੇਗੀ ਜਿਹਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦ ਕਰਕੇ ਜਰੂਰ ਨਾਲ ਭਰ ਲੈਣਾ ਜੀ ਇਹਦੇ ਲਈ ਸਾਰੇ ਪੰਜਾਬ ਦੇ ਕੈਂਡੀਡੇਟ ਜਿਹੜੇ ਐਲੀਜੀਬਲ ਨੇ ਬਹੁਤ ਵਧੀਆ ਪਰਤੀ ਆ ਗਿਆ 10ਵੀਂ ਔਰ 8ਵੀਂ ਵਾਲੇ ਕੈਂਡੀਡੇਟ ਵੀ ਚਾਹੁੰਦੇ ਨੇ ਕਿ ਉਹ ਵੀ ਅਪਲਾਈ ਕਰ ਸਕਣ ਤਾਂ ਉਹ ਵੀ ਜਰੂਰ ਕਰ ਸਕਦੇ ਨੇ ਬਹੁਤ ਹੀ ਵਧੀਆ ਮੌਕਾ ਨਾਲ ਹੀ ਆਇਆ ਹੋਇਆ ਹੈ ਜੀ ਫਿਰ ਵੀ ਇਦਾਂ ਦੀ ਪਰਤੀ ਅੱਤੋਂ ਦੇ ਲਈ ਲੈ ਕੇ ਆਂਦਾ ਹੀ ਦਵਾਂਗਾ ਜੀ ਮਿਲਾਂਗਾ ਜੀ ਨਵੀਂ ਪਰਤੀ ਦੀ ਰਿਕਰੂਟਮੈਂਟ ਨੋਟੀਫਿਕੇਸ਼ਨ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ